ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਸਾਥੀ ਗਰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਣ ਦੀ ਫਸਲ ਜਿਹੜੀ ਆਪਾਂ ਪੱਟ ਕੇ ਲੈਂਦੀ ਹੈ ਹੁਣ ਪੌਦੇ ਕਈ ਤੇ ਇਹ ਮਿੱਤਰੋ ਆਪਣੇ ਕਰਾਉਨ ਰੂਟ ਸਟੇਜ ਜਿਹੜੀ ਹੁੰਦੀ ਹੈ ਉਹ ਟੱਪ ਚੁੱਕੀ ਹੈ ਇਸ ਜਿਹੜੀ ਤੁਸੀਂ ਕੰਗ ਦੇ ਰਹੇ ਹੋ ਇਹਦੇ ਵਿੱਚ ਪਹਿਲਾ ਪਾਣੀ ਲੱਗ ਚੁੱਕਿਆ ਹੈ ਦੂਜੇ ਪਾਣੀ ਲਾਉਣ ਦਾ ਟਾਈਮ ਥੋੜੇ ਟਾਈਮ ਦਿਨਾਂ ਦੇ ਵਿੱਚ ਆ ਜਾਊਗਾ ਤੇ ਕੋਈ ਸਮੱਸਿਆ ਨਹੀਂ ਦੇਖੀ ਗਈ ਹਜੇ ਤੱਕ ਜਿਹੜਾ ਪੱਟ ਕੇ ਹੀ ਨੈਮ ਟੋੜ ਦੀ ਸਮੱਸਿਆ ਦੇਖੀ ਜਾਂਦੀ ਹੈ ਆ ਕਣਕ ਉਹ ਹੈ ਜਿਹਦੇ ਵਿੱਚ ਹਜੇ ਤੱਕ ਕੋਈ ਪਾਣੀ ਨਹੀਂ ਲੱਗਿਆ ਪਰ ਇਹ ਕਿਦਨ ਤੋਂ ਉੱਤੇ ਹੋ ਚੁੱਕੀ ਹੈ ਕਰਾਉਂਡ ਰੂਟ ਸਟੇਜ ਤਾਂ ਇਹਦੀ ਡਵੈਲਪਮੈਂਟ ਹੋ ਚੁੱਕੀ ਹੈ ਇਹਦੇ ਵਿੱਚ ਪਾਣੀ ਨਹੀਂ ਲੱਗਿਆ ਹੋਇਆ ਤੁਸੀਂ ਦੋਨਾਂ ਵਿੱਚ ਫਰਕ ਦੇਖ ਸਕਦੇ ਹੋ ਦੋਨੇ 2851 ਦੀਆਂ ਵੈਰਾਈਟੀਆਂ ਹੈ ਇੱਕੋ ਜਿਹੀਆਂ ਕਿਉਂਕਿ ਕਹਿੰਦੇ ਨੇ ਇਹਦੇ ਵਿੱਚ ਰੋਗ ਜਾਦੇ ਲੱਗਦਾ ਤਾਂ ਕਰਕੇ ਮੈਂ ਅੱਜ ਤੇ ਬਾਰੀ-ਬਾਰੀ ਵੀਡੀਓ ਪਾਉਣਾ ਹੈ ਅਜ ਤੱਕ ਤਾਂ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਦੇਖੀ ਗਈ ਹੈ ਮਿੱਤਰੋ ਤੇ ਸੋਚ ਸਮਝ ਕੇ ਤੁਸੀਂ ਖਰਚਾ ਕਰਿਆ ਕਰੋ ਠੀਕ ਹੈ ਤੁਹਾਨੂੰ ਵੀਡੀਓ ਮੇਰੀ ਕਿਵੇਂ ਲੱਗੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ